पूरे 12:35 ते जल्दी ये बात सुन। हाँ कोई मिनट उते थले ते नहीं? नहीं नहीं। ए फिर भाभी नहीं मेनू नीव खान लगदी ओए। मैं उठ के बाथरूम च वेख्या तो उत्थे भी कोई नहीं सी। अच्छा मैं बाहर दा दरवाजा वेख्या तो दरवाजा खुला सी। मैं दरवाजे चो बाहर निकलिया सामने एक डिंगी जी टाली सी उहदे थले किसे मुंडे नाल बह के गल्लां करन डई। गल्लां करन डई मेरी फिर जागी गैरत के जी। मैनू फिर नींद आई सी मैं घर आके सौं गया। बदमाश तां इहो ही बनदा है। ਮੈਨੂੰ ਨੀਂਦ ਆਈ ਮੈਂ ਸੌਂ ਗਿਆ। ਸਵੇਰੇ ਮੈਂ ਉੱਠਿਆ ਉਹ ਵੀ ਆਪਣੀ ਮੰਜੀ ਤੋਂ ਉੱਠੀ। ਅੱਛਾ ਉਹਨੇ ਉੱਠ ਕੇ ਰੋਟੀ ਛੋਟੀ ਪਕਾਈ। ਜ਼ਰਾ ਸ਼ਰਮਿੰਦਾ ਨਹੀਂ ਹੋਈ? ਮੰਮੀ ਨਹੀਂ ਫਿਰ ਹੋਇਆ? ਮੈਂ ਕਿਹਾ ਜਦੋਂ ਇਹਨੂੰ ਨਹੀਂ ਤਾਂ ਮੈਨੂੰ ਕਾਹਦਾ। ਤੇਰੇ ਸਦਕੇ ਜਾਵਾ ਬਦਮਾਸ਼ੀ ਐਵੇਂ ਨਹੀਂ ਹੁੰਦੀ ਸੋਹਣਿਆ। ਬਿਲਕੁਲ ਸਹੀ ਗੱਲ। ਮੈਂ ਕੰਮ ਤੇ ਚਲਾ ਗਿਆ। ਸ਼ਾਮ ਨੂੰ ਮੈਂ ਵਾਪਸ ਆਇਆ ਆਹ ਰੋਟੀ ਛੋਟੀ ਖਾਧੀ ਹੈ ਫਿਰ ਸੌਂ ਗਏ। ਮੈਨੂੰ ਐਵੇਂ ਪਾਣੀ ਦੀ ਨਾ ਤੇ ਤਲਬ ਜੀ ਹੋਈ। ਰਾਤ ਦਾ ਇੱਕ ਦਾ ਟਾਈਮ ਮੈਂ ਉੱਠ ਕੇ ਨਾ ਜੀ ਪਾਣੀ ਮੈਂ ਕਿਹਾ ਇਹਨੂੰ ਕਹਿੰਦਾ ਤੇ ਵੇਖਿਆ ਤੇ ਮੰਜੀ ਤੇ ਕੋਈ ਨਾ। ਅੱਜ 12:35 ਨਹੀਂ ਸਨ? ਨਹੀਂ ਨਹੀਂ ਇੱਕ ਵਜਾ। 12:35 ਤੇ ਨਹੀਂ ਗਈ? ਨਹੀਂ ਨਹੀਂ ਗਈ ਉਹ ਕਿਤੇ ਆਪਣੇ ਟਾਈਮ ਤੇ ਵਿਚਾਰੀ। ਮੈਂ ਲੇਟ ਉੱਠਿਆ ਉਹਦਾ ਕੋਈ ਕਸੂਰ ਨਹੀਂ। ਨਹੀਂ ਉਹ ਨਹੀਂ ਰੁਕਦੀ 12:35 ਤੇ ਨਿਕਲ ਜਾਂਦੀ ਜਦੋਂ 72 ਸਵਾਰੀਆਂ ਹੋ ਜਾਣ। ਮੈਂ ਉੱਠ ਕੇ ਵੇਖਿਆ ਮੈਂ ਕਿਹਾ ਗਈ ਕਿੱਥੇ? ਫਿਰ ਮੈਂ ਵੇਖਿਆ ਤੇ ਟਾਲੀ ਦੇ ਥੱਲੇ। ਉਸੇ ਟਾਲੀ ਥੱਲੇ? ਉਸੇ ਟਾਲੀ ਦੇ ਥੱਲੇ ਜੀ ਬੈਠੇ। ਮੈਂ ਗਿਆ ਫਿਰ ਪਿੱਛੇ ਕੇ। ਮੈਂ ਜਾ ਕੇ ਨਾ ਕੋਲ ਖਲੋਤਾ ਰਿਹਾ ਖੰਗੂਰੇ ਸ਼ਨੂਰੇ ਮਾਰੇ। ਉਹਨਾਂ ਨੇ ਨਹੀਂ ਮੈਨੂੰ ਬੁਲਾਇਆ। ਮੈਂ ਕਿਹਾ ਜਦੋਂ ਇਹਨਾਂ ਨੇ ਬੁਲਾਇਆ ਤਾਂ ਮੈਂ ਕਿਉਂ ਬੁਲਾਵਾਂ? ਸਹੀ ਗੱਲ। ਵਾਕਿਆ ਭਾਵੇਂ ਚ ਇਹੋ ਜਿਹਾ ਸੁਨਾਨਾ ਤੂੰ ਦਿਲਚਸਪੀ ਨਾਲ ਲੈ ਪਈ। ਬਦਮਾਸ਼ ਤਾਂ ਇਹੋ ਹੀ ਬਣਦਾ। ਨਹੀਂ ਜੀ ਬਦਮਾਸ਼ੀ ਐਵੇਂ ਨਹੀਂ ਹੁੰਦੀ। ਬਦਮਾਸ਼ੀ ਅੱਖਾਂ ਬੰਦ ਕਰਕੇ ਹੁੰਦੀ। ਉਹਨਾਂ ਨੇ ਜਦੋਂ ਨਹੀਂ ਨਾ ਬੁਲਾਇਆ ਜੀ ਫਿਰ ਔਰ ਮੈਨੂੰ ਚੜਿਆ ਗੁੱਸਾ ਆ ਗਿਆ। ਮੈਂ ਆਇਆ ਘਰ ਫੜੀ ਮੈਂ ਜੁੱਤੀ ਆਪਣੀ। ਨਹੀਂ ਨਹੀਂ ਉਹਦੀ ਨੰਗੇ ਪੈਰੀ ਗਈ ਸੀ। ਮੈਂ ਕਿਹਾ ਬਿਮਾਰ ਹੀ ਨਾ ਹੋ ਜਾਏ। ਮੈਂ ਜਾ ਕੇ ਰੱਖੀ ਜੁੱਤੀ ਉਹਦੇ ਕੋਲ। ਉਹਨੇ ਨੀ ਮੈਨੂੰ ਬੁਲਾਇਆ ਕਿ ਕਾਹਦੇ ਲਈ ਲਿਆਂਦੀ ਹੈ ਜਾਂ ਕਾਹਦੇ ਲਈ ਨਹੀਂ। ਮੈਂ ਕਿਹਾ ਨਾ ਬੁਲਾ ਮੈਨੂੰ ਕੀ। ਸਹੀ ਗੱਲ। ਦਵਾਈ ਦੇ ਪੈਸੇ ਮੇਰੇ ਲੱਗਣੇ ਹਨਾ ਬਿਮਾਰ ਹੋ ਜਾਂਦੀ ਤਾਂ। ਸਹੀ ਬਾਤ। ਮੈਂ ਫਿਰ ਚੁੱਪ ਕਰਕੇ ਆ ਗਿਆ। ਮੁੰਡਾ ਬੜਾ ਸੋਹਣਾ ਸੀ ਕੋਲ ਮੈਨੂੰ ਵੇਖ ਕੇ ਨਾ ਚੁੱਪ ਕਰਕੇ ਖਰੇ। ਕਿਹੜੀਆਂ ਗੱਲਾਂ ਵਿਚਾਰੇ ਕਰਨ ਡੇ? ਤੈਨੂੰ ਕੀ ਲੋੜ ਹੈ ਸੁਣਨ ਦੀ? ਮੈਂ ਨਹੀਂ ਸੁਣੀਆਂ। ਸਹੀ ਗੱਲ ਤੂੰ ਬਦਮਾਸ਼ ਆਦਮੀ ਬਾਵਾ। ਹਾਂ ਬਸ ਮੈਂ ਆ ਕੇ ਸੌਂ ਗਿਆ। ਅੱਛਾ ਪਾਣੀ ਮੈਂ ਆਪ ਹੀ ਪੀ ਕੇ ਸੌਂ ਗਿਆ। ਬਸ ਜੀ ਫਿਰ ਦਿਨ ਚੜਿਆ ਮੈਂ ਕੰਮ ਤੇ ਟੁਰ ਗਿਆ। ਅੱਛਾ ਉਹਨੇ ਵੀ ਨਹੀਂ ਜ਼ਰਾ ਨਹੀਂ ਉਹਨੇ ਜਿਤਲਾਇਆ ਕਿ ਮੈਂ ਕਿਤੇ ਰਾਤੀ ਗਈ ਗੱਲਾਂ ਕਰਨ ਡਈ ਹੈ ਜਾਂ ਨਹੀਂ। ਮੈਂ ਕਿਹਾ ਚੱਲ ਨਹੀਂ ਤੇ ਨਾ ਸਹੀ। ਮੰਮੀ ਨਹੀਂ ਪੁੱਛਿਆ ਫਿਰ ਉਹਨੂੰ। ਮੈਂ ਕਿਹਾ ਦਫਾ ਕਰੋ ਐਵੇਂ ਗੱਲ ਵੱਧ ਜਾਏਗੀ ਫਾਇਦਾ ਕੋਈ। ਨਵੀਂ ਨਵੀਂ ਸ਼ਾਦੀ ਹੋਈ ਸੀ। ਮੈਂ ਕਿਹਾ ਇਸ ਗੱਲ ਤੇ ਪੜਦਾ ਹੀ ਪੈ ਜਾਏ ਤੇ ਚੰਗਾ। ਨਹੀਂ ਬਸ ਇਹ ਦੱਸ ਤੂੰ ਬਰਦਾਸ਼ਤ ਕਿੰਨੇ ਦਿਨ ਕੀਤਾ ਇਹ ਦੱਸ ਬਸ। ਮੈਂ ਅਗਲੇ ਦਿਨ ਫਿਰ ਮੈਂ ਸੁੱਤਾ ਰਾਤ ਨੂੰ 2 ਕੁ ਦਾ ਟਾਈਮ ਮੈਨੂੰ ਸਿਗਰਟ ਦੀ ਤਲਬ ਹੋਈ। ਮੈਂ ਉੱਠ ਕੇ ਨਾ ਜੀ ਸਿਗਰਟ ਵੇਖੇ ਤੇ ਡੱਬੀ 'ਚ ਸਿਗਰਟ ਕੋਈ ਨਾ। ਮਰ ਗਿਆ ਥਾ। ਮੈਂ ਮੰਜੀ ਵੱਲ ਵੇਖਿਆ ਭਰਜਾਈ ਤੇਰੀ ਮੰਜੀ ਤੇ ਕੋਈ ਨਾ। ਅੱਛਾ ਮੈਂ ਹੁਣ ਸਿਗਰਟ ਰਾਤ ਦੇ 2 ਵਜੇ ਨੇ ਕਿੱਥੋਂ ਲਵਾਂ? ਸਹੀ ਗੱਲ ਹੈ। ਫਿਰ ਮੈਨੂੰ ਯਾਦ ਆਇਆ ਉਹ ਮੁੰਡਾ ਪੀਂਦਾ ਹੋਣਾ ਜਿਹਦੇ ਕੋਲ ਬੈਠੀ ਹੈ। ਉਹ ਤੇਰੇ ਦਿਲ 'ਚ ਕਿਵੇਂ ਆਇਆ ਮੁੰਡੇ ਕੋਲ ਹੋਣੇ? ਠੰਡ ਚ ਐਵੇਂ ਤੇ ਨਹੀਂ ਨਾ ਬੈਠਾ ਜਾਂਦਾ ਸਿਗਰਟਾਂ ਤੋਂ ਬਗੈਰ। ਸਹੀ ਬਾਤ ਹੈ ਬਾਬਾ। ਮੈਂ ਜਾ ਕੇ ਉਹਨੂੰ ਪੁੱਛਿਆ ਮੈਂ ਕਿਹਾ ਭਾਈ ਸਾਹਿਬ ਆਪਣਾ ਤੁਹਾਡੇ ਕੋਲ ਸਿਗਰਟ ਹੈ? ਉਹਨੇ ਜੇਬ 'ਚ ਹੱਥ ਪਾਇਆ ਡੱਬੀ ਮੈਨੂੰ ਫੜਾ ਦਿੱਤੀ ਕੇਟੂ ਦੀ। ਬਦਮਾਸ਼ ਆਦਮੀ ਕਿਵੇਂ ਨਾ ਫੜਾਉਂਦਾ? ਮੈਂ ਡੱਬੀ ਖੋਲ ਕੇ ਵੇਖਿਆ ਤੇ 4 ਸਿਗਰਟ ਵਿੱਚ। ਮੈਂ ਲੈ ਕੇ ਤੁਰ ਪਿਆ। ਫਿਰ ਮੈਨੂੰ ਯਾਦ ਆ ਜੇ ਇਹਨੂੰ ਤਲਬ ਹੋਈ ਤਾਂ ਵਿਚਾਰਾ ਮੇਰੇ ਪਿੱਛੇ ਆਏਗਾ ਫਿਰ। ਵਿੱਚੋਂ 2 ਸਿਗਰਟ ਕੱਢ ਕੇ ਉਹਨੂੰ ਦਿੱਤੇ 2 ਆਪ ਰੱਖੇ। ਮੈਂ ਘਰ ਆ ਕੇ ਸਿਗਰਟ ਸੁਗਰਟ ਪੀਤਾ ਤੇ ਮੈਨੂੰ ਯਾਦ ਆਇਆ ਮੈਂ ਕਿਹਾ ਇਹ ਤੇ ਬੰਦਾ ਰੋਜ਼ ਹੀ ਇੱਥੇ ਬਹਿਣ ਲੱਗ ਪਿਆ। ਮੈਂ ਫੜੀ ਫਿਰ ਕੁਹਾੜੀ ਕੇ ਹਾਏ 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 ਟਾਲੀ ਦੇ ਥੱਲੇ ਬੈਠੇ ਹਾਂ। ਮੈਂ ਗਿਆ ਕੁਹਾੜੀ ਲੈ ਕੇ ਵੱਡੀ ਮੈਂ ਟਾਲੀ ਤੋਂ ਮਸਵਾਕ ਉਹਨਾਂ ਦੇ ਸਾਹਮਣੇ ਕੀਤੀ। ਫਿਰ ਯਾਦ ਨਾ ਮਾਫ ਕਰ ਦੇ ਬੜਾ ਬਦਮਾਸ਼ੀ ਉਹਨਾਂ ਦੇ ਸਾਹਮਣੇ ਮਸਵਾਕ ਕਰਦੀ। ਕਿਤੇ ਨੀ ਨਾ ਗਈਆਂ। ਮੈਂ ਘਰ ਆ ਕੇ ਬੈਠਾ ਤੇ ਉਨੀ ਦੇਰ ਨੂੰ ਮੱਠੀ ਮੱਠੀ ਲੋ ਲੱਗ ਗਈ। ਇੱਕ ਬੰਦਾ ਵੇਖ ਕੇ ਆ ਕਹਿੰਦਾ ਤੇਰੀ ਬੀਵੀ ਕੋਲ ਖਰੇ ਕਿਹੜਾ ਮੁੰਡਾ ਹੀ ਬੈਠਾ? ਮੈਨੂੰ ਫਿਰ ਚੜਿਆ ਗੁੱਸਾ। ਮੈਂ ਕੁਹਾੜੀ ਫੜੀ ਦੋਵਾਂ ਨੂੰ ਜਾ ਕੇ ਟਾਲੀ ਦੇ ਥੱਲੇ ਵੱਢ ਕੇ ਢੇਰ ਲਾ ਤਾ।
ਤੂੰ ਨਹੀਂ ਵੜਦਾ? ਦੋਵਾਂ ਨੂੰ ਵੜ ਦਿੱਤਾ ਟਾਲੀ ਦੇ ਥੱਲੇ, ਉਸੇ ਟਾਲੀ ਥੱਲੇ। ਹਾਂ, ਮੈਂ ਸਿੱਧਾ ਗਿਆ ਥਾਣੇ, SHO ਬੈਠਾ ਸੀ। ਮੈਂ ਕਿਹਾ ਬਈ ਜਵਾਨਾ, ਮੈਂ ਕੀਤੇ ਨੇ ਕਤਲ ਮਹੱਲੇ 'ਚ, ਨੂਰੀ ਨੂਰੀ ਪਿੰਡ 'ਚ, ਵਰਨਾਲ ਦੇ ਇਲਾਕਿਆਂ 'ਚ ਇੰਜੀ ਬਦਮਾਸ਼ੀ ਹੋ ਗਈ, ਲੇਕਿਨ ਇਹ ਕਿਸੇ ਨੂੰ ਗੱਲ ਨਹੀਂ ਕਰਨੀ। ਜਰਾ ਜੇਲ੍ਹ ਦੇ ਵਿੱਚ ਆਪਣੀ ਬਾਦਸ਼ਾਹੀ ਚੱਲਣ ਲਈ ਇਹਨੂੰ ਚੱਲਣ ਹੀ ਦੇਣਾ। ਨਹੀਂ ਨਹੀਂ, ਸਾਨੂੰ ਟਾਲੀ ਦਾ ਜ਼ਿਕਰ ਕਰਨ ਦੀ ਲੋੜ ਹੀ ਨਹੀਂ। ਹਾਂ, ਤੁਹਾਡੀ ਮਿਹਰਬਾਨੀ, ਕਿਸੇ ਨੂੰ ਨਹੀਂ ਦੱਸਣਾ। ਨਹੀਂ, ਅਸੀਂ ਕਹਾਂਗੇ ਓਪਨ ਏਅਰ ਕਤਲ ਹੋਇਆ। ਬਸ ਤੈਨੂੰ ਕਿਸੇ ਨੇ ਪੁੱਛਣਾ ਹੀ ਨਹੀਂ, ਤੂੰ ਕਿਹੜੀ ਮੇਰੀ ਮਾਂ ਹੈ? ਸੁਣ ਤੇ ਸਹੀ ਚੱਲਿਆ, ਅਸੀਂ ਪੰਜ ਭਰਾ ਸਾਂ, ਛੇ ਵਰਗੇ ਜਵਾਨ। ਅੱਛਾ, ਪਲੀਜ਼ ਇੱਕ ਮਿੰਟ, ਵਾਕਿਆ ਤੁਸੀਂ ਜਿਹੜਾ ਮਰਜ਼ੀ ਸੁਣਾਓ, ਦਰਖਤ ਚੇਂਜ ਕਰ ਲੈਣ, ਉਹਨਾਂ ਦੀ ਟਾਲੀ 'ਚ ਤੁਸੀਂ ਕਿੱਕਰ ਕਰ ਲਓ। ਥਾਣੇਦਾਰ ਨੇ ਅੱਬਾ ਜੀ ਨੂੰ ਗਾਲਾਂ ਕੱਢੀਆਂ ਨੇ। ਏਡੇ ਵੱਡੇ ਮੂੰਹ ਵਾਲੇ ਬੱਚੇ ਕੇ ਜੰਮੇ ਨੇ, ਹੋਰ ਕੋਈ ਗੱਲ? ਬੇਵਕੂਫਾ, ਪੁਲਿਸ ਵਾਲੇ ਕਰਦੇ ਇੰਜ ਨੇ ਕੀ ਕਰਨ ਦੇ? ਮੈਂ ਕਿਹੜਾ ਕੋਲ, ਹੋਰ ਕੋਈ ਗੱਲ? ਲਓ ਜੀ, ਸਾਨੂੰ ਗਰਮੀ ਆਈ, ਅਸੀਂ ਵਾਅਦਾ ਕੀਤਾ ਹੱਥਾਂ ਤੇ ਹੱਥ ਰੱਖ ਕੇ, ਅੱਜ ਤੋਂ ਬਾਅਦ ਪੁਲਿਸ ਦੇ ਮੱਥੇ ਨਹੀਂ ਲੱਗਣਾ ਤੇ ਭਰਾ ਆਪੇ ਹੀ ਲੱਭਣਾ ਹੈ। ਅਸੀਂ ਸਾਰੇ ਫੈਲ ਗਏ ਹਾਂ ਪੂਰੇ ਸ਼ਹਿਰ 'ਚ। ਅੱਛਾ, ਇੱਕ ਬੰਦੇ ਨੇ ਆ ਕੇ, ਸੱਜਣ ਮੇਰੇ ਨੇ ਮੈਨੂੰ ਦੱਸ ਪਾਈ ਹੈ ਕਿ ਸ਼ੇਰਿਆ ਤੇਰਾ ਭਰਾ ਜੀ ਨੇ ਕਤਲ ਕੀਤਾ ਸੀ, ਉਹਦੇ ਨਾਲ ਇੱਕ ਟਾਲੀ ਥੱਲੇ ਬੈਠਾ ਆਈ। ਮੈਂ ਘਰ ਜਾ ਕੇ ਸੰਦੂਕ 'ਚ ਪਿਸਤੌਲ ਕੱਢੀ ਤੇ ਨਿਕਲ ਗਿਆ। ਫਿਰ ਉਹਦੇ ਜਾ ਕੇ ਵੇਖਿਆ, ਦੋਵੇਂ ਜੁੱਤੀਆਂ ਲਾ ਕੇ ਬੈਠੇ ਸਨ। ਅੱਛਾ, ਮੈਂ ਫਿਰ ਕੁਛ ਨੀ ਵੇਖਿਆ, ਬੁਲਟ ਚਾਹ ਰਿਹਾ ਤੇ ਭਰਾ ਕੋ ਜੁੱਤੀ ਚੁੱਕੀ ਹੈ ਤੇ ਸਿੱਧਾ ਘਰ ਦੌੜ ਗਿਆ। ਭਰਾ ਖੜਨਾ ਸੀ, ਜੁੱਤੀ ਕੀ ਕਰਨੀ ਸੀ ਤੂੰ? ਉਹ ਜੁੱਤੀ ਮੇਰੀ ਪਾ ਗਏ ਆਹੀ ਯਾਰ, ਭਰਾ ਤੇ ਚਾਰ ਪੰਜ ਸਨ, ਜੁੱਤੀ ਕੋਈ ਸੀ ਵਾਰੀ ਵਾਰੀ ਪਾਉਂਦੇ ਹੁੰਦੇ। ਉਹ ਭਰਾ ਤੇ ਭਰਾਵਾਂ ਵਰਗੇ ਜੁੱਤੀ ਚਮੜੇ ਦੀ, ਉਹ ਕਿੱਥੋਂ ਲੱਭਣੀ? ਬਸ ਫਿਰ ਅੰਮਾ ਦਾ ਰੋਣਾ ਨੀ ਵੇਖਿਆ ਗਿਆ, ਮਾਂ ਰੋਣ ਲੱਗ ਪਈ, ਮੈਂ ਜਿਉਂ ਜੋ ਗਿਆ, ਜੁੱਤੀ ਲੈ ਆ, ਭਰਾ ਕਿਉਂ ਨੀ ਲਿਆ? ਮੈਂ ਫਿਰ ਵਾਪਸ ਟਾਲੀ ਤੇ ਗਿਆ ਵਾ ਤੇ ਸਿੱਧੇ ਹੀ ਫੈਰ ਮਾਰਨੇ, ਜਿੰਨੇ ਵਾਹ ਕੀਤਾ ਸੀ ਤੇ 302 ਚੰਜਰ ਅੰਦਰ ਆ ਗਿਆ ਵਾ। 302 ਹੀ ਲੱਗਦੀ ਕਦਲ ਤੋਂ। ਹਾਂ, ਖੁਸਰਿਆ ਤੂੰ ਕਿਵੇਂ ਆਇਆ? ਰਹਿਣ ਦੇ, ਇਹਦਾ ਕੋਈ ਗੰਦਾ ਵਾਕਿਆ ਹੀ ਹੋਣਾ ਹੈ। ਨਹੀਂ, ਕਿਵੇਂ ਆਇਆ? ਕਿਵੇਂ ਇਹ ਮੇਰਾ ਵਾਕਿਆ ਕੀ ਸੁਣਨਾ ਜੀ? ਸਾਰਾ ਵਾਕਿਆ ਸੁਣਨ ਤੋਂ ਬਾਅਦ ਸਿਰ ਤੋਂ ਇੰਜ ਹੀ ਰਹਿਣ ਦੇ, ਖੈਰ ਕੋਈ ਗੱਲ ਨਹੀਂ, ਮੇਰਾ ਦਿਲ ਹਿੱਲ ਗਿਆ। ਅੱਛਾ, ਉਸ ਔਰਤ ਦੇ ਨਾਲ ਜਿਹਨੇ ਬੈਠ ਕੇ ਗੱਲਾਂ ਕੀਤੀਆਂ ਨੇ, ਉਹ ਮੈਂ ਨਸੀਬਾ ਸੜੀ ਦਾ ਪੁੱਤਰ ਸੀ ਜਿਹੜਾ ਉਸ ਟਾਲੀ ਥੱਲੇ ਕਤਲ ਹੋਇਆ। ਹੈਲੋ, ਤੈਨੂੰ ਸਮਝ ਨਹੀਂ ਆਉਂਦੀ ਕੀ ਮੈਂ ਤੈਨੂੰ ਕਸੁੰਨ ਮਾਰ ਕੇ ਦੰਦ ਕੱਢ ਦੇਣੇ ਤੇਰੇ? ਭਜਿਆ, ਤੇਰੇ ਪਿਓ ਦਾ ਰਾਜ ਹੈ ਕਸੁੰਨ ਮਾਰ ਕੇ ਦੰਦ ਕੱਢ। ਕਿਹੜੀ ਗੱਲ ਕਰ ਰਿਹਾ ਹੈ? ਕੌਣ ਹੈ ਤੂੰ? ਹੈ ਕੌਣ ਹੈ ਤੂੰ? ਹੈ ਅੱਠੇ ਅੱਠੇ ਓਏ, ਜਿੱਡਾ ਤਕੜਾ ਫੇਰ ਨਹੀਂ, ਉਹ ਡਿੱਗਣਾ ਫੜਾਟ ਖਾਲ ਲਾ ਲਓ। ਅੱਲਾ ਜਾਣਦਾ, ਜਿਵੇਂ ਠੁੱਡੇ ਮਾਰੇ ਨੇ, ਦੋ ਸ਼ਲਵਾਰਾਂ ਨਾ ਪਾਈਆਂ ਹੁੰਦੀਆਂ, ਮੈਂ ਮਰ ਗਈ ਸੀ ਅੱਜ। ਉਹਨੇ ਚਵਲ ਜਿਹਾ ਖੁਸਰਾ ਇੱਥੇ ਲੈ ਆ ਨਾ, ਦੇਖ ਕਿਹੜੇ ਚਵਲ ਚਵਲ ਲੱਗ ਗਏ। ਉਹ ਤੇਰਾ ਬੇੜਾ ਤਰ ਜਾਏ, ਉਹ ਕੰਮ ਤੇਰਾ ਨੱਚਣ ਵਾਲਾ ਹੈ, ਸਿਰ ਤੇਰਾ ਸਿਆਸੀ ਹੈ। ਅੱਲਾ ਮਾਫ ਕਰੇ, ਲੈ ਬਈ ਇਹਦਾ ਮੂੰਹ ਛੂ ਤੋਂ ਆ ਵਿੱਚੋਂ, ਇਹ ਬਿਲਕੁਲ ਸ਼ੇਖ ਰਸ਼ੀਦ ਹੀ ਨਿਕਲੇ ਗਏ। ਮੈਂ ਕਿਹਾ ਇਤਲਾਹ ਤੋਂ ਨਸ਼ਰੀਆਤ ਖੁਸਰੇ, ਤੇਰਾ ਮੁਜਰਾ ਵੇਖਣਾ ਹੋਵੇ ਤੇ ਕਿੰਨੀਆਂ ਪੱਤੀਆਂ ਪਾਣੀਆਂ ਪੈਂਦੀਆਂ, ਯੈਲੋ ਲੇਬਲ ਤੇ ਰੈਡ ਲੇਬਲ। ਯਾਰ ਏਡੇ ਨਰਮ ਵਾਲ ਹੱਥ ਕੀ ਹੈ, ਕੋਈ ਆਮ ਹੈ ਟਾਲੀ ਦੇ ਪੱਤਿਆਂ ਦੀ? ਇਹ ਯਾਰ ਲਾ ਮਾਰ ਤੂੰ ਅੱਗੇ, ਥੋੜਾ ਤਗੜਾ ਉਹ ਤੋਂ ਤੇ ਠੁੱਲ ਕੇ ਸੁਜਾ ਦੇ ਲਾ ਫੜ ਕੇ। ਮਰਵਾ ਮੈਨੂੰ ਆਪਣੇ ਹੱਥੀ ਮਰਵਾ, ਉਹ ਮਗਰੋਂ ਲਓ ਨਾ ਮੁਰਾ ਦੇ ਇਧਰੋ ਜਾ ਲੈ ਜਾਈ। ਕਿਉਂ? ਇਹਦੇ ਚ ਖੁਸਰਾ ਪਵਾ ਲੈ, ਇੱਧਰ ਤੇ ਆ ਕਰਮਾ ਲਈਏ ਜੀ, ਸਿਰ ਉੱਚਾ ਕਰ। ਲੈ ਬਈ ਨੂਰੀ, ਅੱਲਾ ਨੇ ਇਨਸ਼ਾਅੱਲਾ ਮੈਨੂੰ ਜੰਨਤ ਚ ਭੇਜ ਦੇਣਾ ਹੀ ਹੋਏ। ਉਹ ਕਿਉਂ? ਮੈਂ ਇੱਕ ਖੁਸਰੇ ਦਾ ਸਿਰ ਕੱਜਿਆ ਹੈ, ਬੜਾ ਖੁਸਰਾ ਹੋਇਆ ਹੋਇਆ, ਇੰਨਾ ਬੇਤਹਾਸ਼ਾ ਖੁਸਰਾ ਨਹੀਂ ਮੈਂ ਕਦੇ ਵੇਖਿਆ।